ਨਿੱਜੀ ਕੰਪਨੀ ਵੱਲੋਂ 2 ਕਰੋੜ ਦੇ ਕਰੀਬ ਲੋਕਾਂ ਨਾਲ ਠੱਗੀ। ਫਾਈਨਾਂਸ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਰਾਏ ਤੇ ਇਮਾਰਤ ਲੈ ਕੇ ਫਾਈਨਾਂਸ ਕੰਪਨੀ ਖੋਲ੍ਹਣ ਦੇ ਨਾਂ ਤੇ ਲੱਖਾਂ ਦੀ ਠੱਗੀ ਮਾਰੀ ਜਾ ਚੁੱਕੀ ਹੈ। ਅੱਜ ਪੀੜਤਾਂ ਵੱਲੋਂ SP ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਮਾਮਲੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ਼ਿਕਾਇਤਕਰਤਾਵਾਂ ਨੇ ਉਦਯੋਗਿਕ ਖੇਤਰ ਬਿਜਲੀ ਚੌਂਕੀ 'ਚ ਜਿੱਥੇ ਆਪਣੇ ਨਾਲ ਹੋਏ ਠੱਗੀ ਦੀ ਸ਼ਿਕਾਇਤ ਕੀਤੀ, ਉੱਥੇ ਉਕਤ ਕੰਪਨੀ ਖਿਲਾਫ਼ ਮਾਮਲਾ ਦਰਜ ਕਰਵਾਉਣ ਵਾਲੇ ਅਰਜਿੰਦਰਪਾਲ ਸਿੰਘ ਪਟਿਆਲਾ ਨੇ ਪੁਲਿਸ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਦੋਸ਼ ਲਗਾਇਆ ਹੈ। ਇਹ ਸਾਨੂੰ ਅੱਜ ਈਗੋ ਫਾਈਨੈਂਸ ਕੰਪਨੀ ਦੇ ਨਾਮ ਦੀ ਇੱਕ ਕੰਪਨੀ ਹੈ ਜਿਹਦੇ ਖਿਲਾਫ਼ ਸਾਨੂੰ ਫਰੋਡ ਦੀ ਐਪਲੀਕੇਸ਼ਨ ਰਿਸੀਵ ਹੋਈ ਹੈ। ਸੰਦੀਪ ਸਿੰਘ ਨਾਮ ਅਤੇ ਆਸਾ ਸਿੰਘ ਨਾਮ ਦੇ ਦੋ ਅਕਿਊਜ਼ ਨੇ, ਜਿਨ੍ਹਾਂ ਦੇ ਖਿਲਾਫ਼ ਮੋਹਾਲੀ ਵਿੱਚ ਵੀ ਇੱਕ FIR ਆਲਰੇਡੀ ਦਰਜ ਹੋ ਚੁੱਕੀ ਹੈ। ਇਹਨਾਂ ਦੇ ਖਿਲਾਫ਼ ਸਾਡੇ ਕੋਲ 4 ਬੰਦਿਆਂ ਨੇ ਅੱਜ ਜਾ ਕੇ ਅਰਜ਼ੀ ਦਿੱਤੀ ਹੈ। ਅਸੀਂ ਅਰਜ਼ੀ ਦੀ ਇਨਕੁਆਇਰੀ ਕਰਾਵਾਂਗੇ ਅਤੇ ਜੋ ਬਣਦੀ ਕਾਰਵਾਈ ਹੈ ਉਹ ਕਰਾਂਗੇ। ਇਹ ਮਾਮਲਾ ਇਹ ਹੈ ਜੀ, ਇਹਨਾਂ ਨੇ ਇਹਨਾਂ ਨੇ ਸਾਨੂੰ ਆ ਕੇ ਕਿਹਾ ਵੀ ਅਸੀਂ ਬੈਂਕ ਖੋਲ੍ਹ ਰਹੇ ਹਾਂ, ਉਹਦੇ ਲਈ ਸਾਨੂੰ ਵੱਖ-ਵੱਖ ਸ਼ਹਿਰਾਂ 'ਚ ਬ੍ਰਾਂਚਾਂ ਚਾਹੀਦੀਆਂ ਨੇ। ਮੇਰਾ ਸ਼ੋਰੂਮ ਸੀ ਸਰਾਭਾ ਨਗਰ 'ਚ ਪਟਿਆਲੇ, ਇਹਨਾਂ ਨੇ ਉਹਦੇ ਏਵਜ 'ਚ ਉਹਦੀ ਪਾਸ ਕਰਾਉਣ ਲਈ ਇੱਕ ਤਾਂ ਮੇਰੇ ਤੋਂ ਬਿਲਡਿੰਗ ਬਣਵਾਈ, ਇੱਕ ਉਹਦੇ ਵਿੱਚ 6-7 ਲੱਖ ਰੁਪਈਆ ਲਵਾਉਣ ਤੋਂ ਬਾਅਦ ਇਹ 2 ਲੱਖ ਰੁਪਈਆ ਮੇਰੇ ਤੋਂ ਕੈਸ਼ ਲੈ ਗਏ ਵੀ ਤੁਹਾਡੀ ਅਪਰੂਵਮੈਂਟ ਫਾਈਲ ਕਰਨ ਲਈ ਸਾਨੂੰ 2 ਲੱਖ ਰੁਪਈਆ ਐਡਵਾਂਸ ਦਿਓ ਕੈਸ਼। ਇਹ ਜੇ ਇੱਕ ਮਿੰਟ ਜੇ ਆਪਾਂ ਗੱਲ ਕਰੀਏ ਜੀ, ਜਿਹੜੀ ਇਹ ਫਾਈਨੈਂਸ ਕੰਪਨੀ ਬਣੀ ਸੀ, ਤੁਸੀਂ 2 ਬੰਦਿਆਂ ਨਾਂ ਲਏ ਨੇ, ਹਾਂਜੀ, ਉਹਨਾਂ ਦਾ ਕੋਈ ਦੋਨਾਂ ਦਾ ਬੰਦਿਆਂ ਦਾ ਐਗਰੀਮੈਂਟ ਵੀ ਹੋਇਆ ਸੀ ਕਿਉਂਕਿ ਸਾਡੇ ਨਾਲ ਐਗਰੀਮੈਂਟ ਉਹਨਾਂ ਦਾ ਆਪਸ 'ਚ ਵੀ ਐਗਰੀਮੈਂਟ ਹੋਇਆ, ਬਣਾਈ ਹੋਈ ਆ ਕੰਪਨੀ ਉਹਨਾਂ ਨੇ ਜਾਲੀ, ਅਤੇ ਸਾਡੇ ਨਾਲ ਉਹਨਾਂ ਨੇ ਐਗਰੀਮੈਂਟ ਕੀਤਾ ਕੋਰਟ ਦੇ ਵਿੱਚ 16,000 ਦੇ ਸਟਾਮਾਂ 'ਤੇ ਜੋ ਕਿ ਰਿਟਰਨ 'ਚ ਸਾਡੇ ਕੋਲ ਪਿਆ। ਅਤੇ ਉਹ ਐਗਰੀਮੈਂਟ ਦੀਆਂ ਕਾਪੀਆਂ ਹੈ ਤੁਹਾਡੇ ਕੋਲ? ਹਾਂਜੀ ਹਾਂ, ਸਾਡੇ ਕੋਲ ਸੰਦੀਪ ਸਿੰਘ ਅਤੇ ਆਸ਼ਾ ਜਿਹੜੀ, ਹਾਂ ਹਾਂ, ਉਹ ਵੀ ਸਾਡੇ ਕੋਲ ਹੈਗੀਆਂ। ਅੱਛਾ, ਅਤੇ ਕਿੰਨਾ ਕੁ ਤੁਹਾਨੂੰ ਲੱਗਦਾ ਟੋਟਲ ਜੇ ਆਪਾਂ ਅਮਾਊਂਟ ਦੀ ਗੱਲ ਕਰੀਏ, ਕਿੰਨੀ ਕੁ ਰਕਮ ਹੈ ਜਿਹੜੀ ਇਹਨਾਂ ਨੇ ਫਰੋਡ ਕੀਤਾ ਤੁਹਾਡੇ ਨਾਲ? ਦੇਖੋ, ਸਾਨੂੰ ਜੋ ਪਤਾ ਲੱਗਿਆ 2-2.5 ਕਰੋੜ ਦਾ ਤਾਂ ਪਤਾ ਲੱਗਿਆ ਵੱਖ ਵੱਖ ਬੰਦੇ, ਕਿਉਂਕਿ ਸਾਰੇ ਸ਼ਹਿਰਾਂ 'ਚ ਇਹਨਾਂ ਨੇ ਬ੍ਰਾਂਚਾਂ ਬਣਾਈਆਂ ਨੇ, ਕੋਈ ਸ਼ਹਿਰ ਛੱਡੇ ਹੀ ਨਹੀਂ। ਅਤੇ ਉਸ ਤੋਂ ਬਾਅਦ ਅਜੇ ਪਤਾ ਨਹੀਂ ਕਿੰਨੇ ਕੁ ਬੰਦੇ ਹੋਣਗੇ ਜਿਹੜਿਆਂ ਬਾਰੇ ਨਹੀਂ ਪਤਾ ਆਪਾਂ ਨੂੰ ਅਜੇ। ਅਤੇ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਇਹੋ ਜਿਹੇ ਬੰਦੇ ਨੇ, ਇਹ ਲੋਕਾਂ ਨੂੰ ਝਾਂਸੇ ਦਿੰਦੇ ਨੇ, ਪੈਸੇ ਵੱਧ ਕਮਾਉਂਦੇ, ਕੀ ਲੱਗਦਾ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਹਨਾਂ ਦੇ ਖਿਲਾਫ਼? ਦੇਖੋ ਜੀ, ਇਹੋ ਜਿਹੇ ਫਰਾਡ ਵਾਲੇ ਬੰਦਿਆਂ ਨੂੰ ਨਾ ਸਿੱਧਾ ਜੇਲ੍ਹ ਦੇ ਵਿੱਚ ਸੁੱਟ ਕੇ ਬਾਹਰ ਨਹੀਂ ਕੱਢਣਾ ਚਾਹੀਦਾ। ਇਹੋ ਜਿਹੇ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਗਲਤ ਕੰਮ ਕੀਤੇ ਹੋਣੇ। ਇਹਨਾਂ ਨੇ ਸਾਨੂੰ ਸਹੀ ਡਾਕੂਮੈਂਟ ਦਿਖਾਏ, ID ਕਾਰਡ ਦਿਖਾਏ ਆਪਦੇ, PAN ਕਾਰਡ ਦਿਖਾਇਆ, ਅਤੇ ਜੋ ਵੋਟਰ ਕਾਰਡ ਦਿਖਾਇਆ, ਆਧਾਰ ਕਾਰਡ ਦਿਖਾਇਆ, ਅਤੇ ਉਦੋਂ ਬਾਅਦ ਇਹਨਾਂ ਨੇ ਜਿਹੜੇ ਡਾਕੂਮੈਂਟਸ ਸਾਡੇ ਅਸਟਾਮਾਂ 'ਤੇ ਪੂਰੇ ਸਹੀ, ਇਹਨਾਂ ਨੇ 16,000 ਦੇ ਅਸਟਾਮਾਂ 'ਤੇ ਇਹਨਾਂ ਨੇ ਸਾਡੇ ਨਾਲ ਐਗਰੀਮੈਂਟ ਕੀਤੇ ਨੇ। ਟੋਟਲ ਕਿੰਨੇ ਕੁ ਬੰਦੇ ਨੇ ਜੇ ਆਪਾਂ ਗੱਲ ਕਰੀਏ, ਕਿੰਨੇ ਕੁ ਬੰਦੇ ਹੈਗੇ ਜਿਹਨਾਂ ਨਾਲ ਐਗਰੀਮੈਂਟ ਹੋਇਆ ਹੋਇਆ ਇਹਨਾਂ ਦਾ? 26 ਬੰਦਿਆਂ ਦੀ ਲਿਸਟ ਤਾਂ ਜੀ ਸਾਡੇ ਕੋਲ ਆ ਗਈ, ਉਦੋਂ ਬਾਅਦ ਇਹ ਨਹੀਂ ਪਤਾ ਹੋਰ ਵੀ ਕਿੰਨੇ ਕੁ ਹੋਣਗੇ। ਠੀਕ ਹੈ ਜੀ, ਓਕੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਵਿੰਦਰ ਸਿੰਘ ਹੈ ਜੀ। ਕਿੱਥੇ ਰਹਿੰਦੇ ਹੋ ਤੁਸੀਂ? ਮੈਂ ਪਟਿਆਲੇ ਦਾ ਰਹਿਣ ਵਾਲਾ ਜੀ। ਈਗੋ ਫਾਈਨੈਂਸ ਕੰਪਨੀ ਦਾ ਕੀ ਮਾਮਲਾ ਜੀ? ਇਹਨਾਂ ਦਾ ਮਾਮਲਾ ਜੀ, ਦੇਖੋ ਜੀ, ਹੁਣ ਪਤਾ ਚੱਲਿਆ ਕਿ ਬੰਦਾ ਭਗੌੜਾ ਹੋ ਗਿਆ। ਮੈਨੂੰ ਇਹਨਾਂ ਨੇ 13 ਮਾਰਚ ਨੂੰ ਇੰਪਲਾਈ ਕਰਿਆ ਸੀਗਾ, ਅਤੇ 29 ਮਾਰਚ ਨੂੰ ਮੈਨੂੰ ਪਾਤੜਾਂ ਬ੍ਰਾਂਚ ਵਿੱਚ ਭੇਜਤਾ ਵੀ ਕਹਿੰਦੇ ਤੁਸੀਂ ਉੱਥੇ ਜਾ ਕੇ ਪਲਾਟਾਂ ਨੂੰ ਵੈਰੀਫਾਈ ਕਰੋ ਜੋ ਅਸੀਂ ਖਰੀਦ ਸਕਦੇ ਹਾਂ, ਜੋ ਐਜ ਪਰ ਪੁੱਡਾ ਲਾ ਦੇ ਮੁਤਾਬਕ ਅਪਰੂਵ ਹੋ ਸਕਦੇ ਨੇ। ਉਸ ਤੋਂ ਬਾਅਦ ਜੀ ਮੈਂ ਉੱਥੇ 1.5-2 ਮਹੀਨਾ ਖੂਬ 100-150 ਪਲਾਟ ਨੂੰ ਚੈੱਕ ਕਰਿਆ, ਸਰਵੇ ਕਰਿਆ ਵੀ ਹਾਂ ਅਸੀਂ ਖਰੀਦ ਸਕਦੇ ਹਾਂ। ਇਹਨਾਂ ਨੂੰ ਮੈਂ ਕਹਿੰਦਾ ਰਿਹਾ ਜੀ ਤੁਸੀਂ ਖਰੀਦੋ, ਇਹਨਾਂ ਦਾ ਕਨਸੈਪਟ ਵੀ ਅਸੀਂ ਪਲਾਟ ਖਰੀਦ ਕੇ ਕੋਠੀ ਬਣਾ ਕੇ ਲੋਨ 'ਤੇ ਵੇਚੀਏ, ਅਤੇ ਇਹਨਾਂ ਨੇ ਉੱਥੇ ਕੋਈ ਪਰਚੇਜ਼ ਨਹੀਂ ਕਰੀ। ਬਾਕੀ ਮੇਰੀ ਤਨਖਾਹ ਇਹਨਾਂ ਨੇ ਪਹਿਲੇ ਮਹੀਨੇ ਦੀ 25 ਕਹਿ ਕੇ ਉਸ ਤੋਂ ਬਾਅਦ ਨੈਕਸਟ ਤੁਹਾਡੀ 30,000 ਮਹੀਨਾ ਰਹੂਗੀ, ਉੱਦਾਂ ਕਹਿੰਦੇ ਰਹੇ। ਇੱਕ ਆਸਾ ਸਿੰਘ ਨੇ ਜਿਹੜੇ ਪਾਤੜਾਂ ਦੇ, ਇਹਨਾਂ 'ਚ ਡਾਇਰੈਕਟਰ ਨੇ, ਉਹਨਾਂ ਨੂੰ ਉੱਥੇ ਮੰਗੂ ਦੇ ਨਾਂ 'ਤੇ ਜਾਣਦੇ ਨੇ ਜੀ, ਮੰਗੂ ਸਨ ਆਫ ਪਰਵਾਨਾ, ਜਿਹਨੇ ਆਪਦੇ ਆਪ ਨੂੰ ਸਾਡੇ ਕੰਪਨੀ ਦੇ ਵਿੱਚ ਆਸਾ ਸਿੰਘ ਸਨ ਆਫ ਗੁਰਮੁਖ ਸਿੰਘ ਕਿਹਾ ਹੈ। ਸਾਨੂੰ ਤਾਂ ਇਹ ਵੀ ਸ਼ੱਕ ਪੈਂਦਾ ਵੀ ਇਹਦੇ ਨਾਲ ਸਹੀ ਆਸਾ ਸਿੰਘ ਵੀ ਹੈ ਜਾਂ ਇਹ ਮੰਗੂ ਹੈ, ਕਿਉਂਕਿ ਉਸ ਪਿੰਡ ਦੇ ਲੋਕ ਇਹਨੂੰ ਮਤਲਬ ਇੱਕ ਚੰਗੀ ਨਜ਼ਰ ਨਾਲ ਨਹੀਂ ਦੇਖਦੇ, ਕਿਉਂਕਿ ਇਹ ਬੰਦਾ ਸਮੈਕ ਸਮੂਕ ਦਾ ਵੀ ਉੱਥੇ ਸ਼ਾਇਦ ਕੰਮ ਕਰਦਾ ਰਿਹਾ, ਲੋਕਾਂ ਸਾਨੂੰ ਪਤਾ ਚੱਲਦਾ ਸੀਗਾ। ਜੇ ਆਪਾਂ ਗੱਲ ਕਰੀਏ ਸੰਦੀਪ ਸਿੰਘ ਦੀ, ਉਹਨਾਂ ਨਾਲ ਕੀ ਗੱਲ ਹੋਈ ਸੀ, ਕੀ ਕਿੱਦਾਂ ਦਾ ਝੂਠ ਤੁਹਾਨੂੰ ਬੋਲਿਆ ਗਿਆ ਜੀ ਉੱਥੇ? ਉਹਨਾਂ ਨੇ ਮੈਨੂੰ ਇਹ ਝੂਠ ਬੋਲਿਆ ਜੀ ਤੁਹਾਨੂੰ ਅਸੀਂ ਤਨਖਾਹ ਦੇਵਾਂਗੇ ਜੀ, ਜਿਸ ਤਰ੍ਹਾਂ ਮੇਰੇ 17 ਦਿਨ ਮਾਰਚ ਦੇ ਲੱਗੇ ਹੋਏ ਸੀਗੇ, ਮੈਨੂੰ ਇਹਨਾਂ ਨੇ 15 ਮਈ ਨੂੰ ਦਿੱਤਾ 15,000 ਰੁਪਇਆ ਸਿਰਫ, ਕਹਿੰਦੇ ਬਾਕੀ ਤੁਹਾਡੀ ਤਨਖਾਹ ਜਲਦੀ ਦੇਵਾਂਗੇ। ਔਰ ਮੈਂ ਮਈ ਮਹੀਨੇ ਵਿੱਚ ਬਹੁਤ ਵਾਰ ਫੋਨ ਕਰਿਆ ਵੀ ਮੇਰਾ ਗੱਡੀ ਦਾ ਵੀ ਖਰਚਾ ਤੁਸੀਂ ਕਿਹਾ ਸੀ ਦੇਵਾਂਗੇ, ਜੋ ਮੈਂ ਆਫਿਸ ਦੇ ਵਿੱਚ ਮੈਂ ਖੁਦ ਆਪਣੀ ਜੇਬ 'ਚੋਂ 41,000 ਰੁਪਇਆ ਖਰਚ ਕਰਿਆ, ਅਤੇ ਮੇਰਾ ਇਹਨਾਂ ਨੇ 5 ਜੂਨ ਤੱਕ ਜੀ 1,02,000 ਰੁਪਏ ਮੇਰਾ ਬਣਦਾ ਹੈ ਮੇਰੀ ਤਨਖਾਹ ਔਰ ਇਹ ਜਿਹੜੇ ਦਫ਼ਤਰੀ ਖਰਚੇ ਸੀਗੇ। ਤੁਸੀਂ ਕਿੰਨਾ ਟਾਈਮ ਕੰਮ ਕੀਤਾ ਇਹਨਾਂ ਕੋਲ ਉੱਥੇ? ਮੈਂ ਇਹਨਾਂ ਨਾਲ ਜੀ ਵੱਧ ਤੋਂ ਵੱਧ 2.5 ਮਹੀਨੇ ਮੰਨ ਕੇ ਚੱਲੋ ਜੀ ਕੰਮ ਕਰਿਆ ਗਿਆ। ਐਜ਼ ਏ ਇੰਪਲਾਈ ਦੇ ਤੌਰ ਤੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਬੰਦਿਆਂ ਨਾਲ ਠੱਗੀ ਮਾਰੀ ਹੈ? ਦੇਖੋ ਜੀ, ਹੁਣ ਤਾਂ ਸਾਰੀਆਂ ਚੀਜ਼ਾਂ ਸਭ ਦੇ ਸਾਹਮਣੇ ਖੁੱਲ੍ਹ ਕੇ ਆ ਰਹੀਆਂ ਨੇ। ਸਾਡਾ ਜਿੰਨਾ ਸਟਾਫ ਆ ਸਾਰਿਆਂ ਨੂੰ ਇਹਨੇ 2 ਮਹੀਨੇ ਤਨਖਾਹ ਦੇਣੀ ਹੈ ਜੀ ਸਭ ਨੂੰ ਵੀ। ਹਾਂ, ਅੱਜ ਪੈਸੇ ਸੀਜ ਹੋਏ ਨੇ, ਅੱਜ ਅਕਾਊਂਟ ਖੁੱਲੂਗਾ, ਅੱਜ ਕੱਲ੍ਹ ਨੂੰ ਪੈਸੇ ਕਢਾਵਾਂਗੇ, ਤੁਹਾਨੂੰ ਸਾਰੇ ਪੈਸੇ ਦੇ ਦੇਣੇ। ਮੈਨੂੰ ਇਹਨਾਂ ਨੇ ਬੁੱਧਵਾਰ ਨੂੰ 7 ਤਰੀਕ ਨੂੰ ਕਿਹਾ ਸੀ, ਵਾਅਦਾ ਕਰਿਆ ਸੀ ਕਿ ਤੁਹਾਡੀ ਤਨਖਾਹ ਔਰ ਦਫ਼ਤਰੀ ਖਰਚ
ਪਰ ਉਸ ਤੋਂ ਪਹਿਲਾਂ ਹੀ ਫਰਾਰ ਹੋ ਗਈ ਜੀ। ਸਾਨੂੰ ਤਾਂ ਬ੍ਰਾਂਚਾਂ ਤੋਂ ਪਤਾ ਲੱਗਿਆ ਕਿ ਬੰਦੇ ਨੇ ਫੋਨ ਚੱਕਣਾ ਬੰਦ ਕਰਦੇ। ਨਾ ਜੀ ਇੱਦਾਂ ਤਾਂ ਇਹਨੇ ਸੋਚ ਨਹੀਂ ਹੋਣ ਦਿੱਤਾ, ਹਮੇਸ਼ਾ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਕਹਿੰਦੇ ਸੀ ਮੈਂ ਐਡਵੋਕੇਟ ਹੈ, ਮੈਂ ਪੂਰਾ ਲਾ ਜਾਣਦਾ, ਅਤੇ ਇਸ ਕਰਕੇ ਅਸੀਂ ਵਿੱਚ ਪਜੰਦ ਵੀ ਇਹਨੂੰ ਸ਼ਾਇਦ ਜ਼ਿਆਦਾ ਲਾ ਦਾ ਪਤਾ ਹੈ। ਔਰ ਇਹਨੂੰ ਕਦੇ ਵੀ ਆਪਣੇ ਆਪਣੇ ਇੱਦਾਂ ਸੋਚ ਨਹੀਂ ਹੋਣ ਦਿੱਤਾ ਕਿ ਇੱਕ ਡਿਫਾਲਟਰ ਟਾਈਪ ਦਾ ਬੰਦਾ ਹੋ ਸਕਦਾ ਹੈ। ਜੇ ਸਾਨੂੰ ਇੱਦਾਂ ਪਤਾ ਲੱਗਦਾ ਸੀ ਪਹਿਲੇ ਆਪਦੀ ਆਪਦਾ ਬਚਾਓ ਕਰਦੇ, ਤਨਖਾਹ ਲੈ ਕੇ ਜਾਂਦੇ। ਤੁਸੀਂ ਵੀ ਬ੍ਰਾਂਚ ਕੰਮ ਕੀਤਾ, ਹੁਣ ਇਹਨਾਂ ਦੀ ਬ੍ਰਾਂਚਾਂ ਜਿੱਥੇ ਜਿੱਥੇ ਨੇ ਬੰਦ ਨੇ ਜਾਂ ਖੁੱਲੀਆਂ ਨੇ ਜਾਂ ਹੈੱਡ ਆਫਿਸ ਬੰਦ ਨੇ ਜੀ, ਬੰਦ ਨੇ ਉਸ ਦਿਨ ਤੋਂ। ਇਹਨਾਂ ਨੇ ਸਾਡੇ ਉੱਥੇ HR ਮੈਡਮ ਨੂੰ ਕਹਿਤਾ ਵੀ 2 ਦਿਨ ਦੀ ਛੁੱਟੀ ਕਰ ਦਿਓ ਵੀ ਮੈਂ ਫੰਡ ਲੈਣ ਜਾ ਰਿਹਾ ਪੁਣੇ, ਅਤੇ ਸਾਨੂੰ ਮੈਸੇਜ ਆ ਗਿਆ ਕਹਿੰਦੇ ਵੀ 2 ਦਿਨ ਵਾਸਤੇ ਬ੍ਰਾਂਚਾਂ ਬੰਦ ਕਰਨੀਆਂ ਨੇ। ਅਤੇ ਜਦੋਂ ਹਾਂਜੀ ਜਦੋਂ ਬੰਦ ਕਰੀਆਂ ਉਦੋਂ ਬਾਅਦ ਸਾਨੂੰ ਬ੍ਰਾਂਚ ਜਿਨ੍ਹਾਂ ਨੇ ਬ੍ਰਾਂਚਾਂ ਕਿਰਾਏ 'ਤੇ ਦਿੱਤੀਆਂ ਉਹਨਾਂ ਦੇ ਫੋਨ ਆਉਣ ਲੱਗ ਗਏ, ਕਹਿੰਦੇ ਜਿਨ੍ਹਾਂ ਦੇ ਫੋਨ ਨਹੀਂ ਲੱਗ ਰਹੇ ਜਦੋਂ ਅਸੀਂ ਨੇ ਲਾ ਕੇ ਦੇਖਿਆ ਸੱਚੀ ਨਹੀਂ ਫੋਨ ਲੱਗੇ, ਔਰ ਜਦ ਤੋਂ ਇਹਨਾਂ ਦਾ ਕੋਈ ਟਰੇਸ ਆਊਟ ਨਹੀਂ, ਕੁਛ ਪਤਾ ਨਹੀਂ ਚੱਲ ਰਿਹਾ ਬੰਦੇ ਕਿੱਧਰ ਚਲੇ। ਹੁਣ ਜੀ ਅਸੀਂ ਪਹਿਲਾਂ ਤਾਂ IG ਸਾਹਿਬ ਨੂੰ ਮਿਲ ਕੇ ਆਏ, ਅਤੇ ਉਹਨਾਂ ਨੇ ਅੱਗੇ ਰੈਫਰ ਕਰਤਾ ਸੀਗਾ ਸਾਨੂੰ SP ਸਾਹਿਬ ਨੂੰ, ਅਤੇ ਇਹਨਾਂ ਨੇ ਭਰੋਸਾ ਦਵਾਇਆ ਜੀ, ਕਹਿੰਦੇ ਬੰਦੇ ਟਰੇਸ ਆਊਟ ਕਰਾਂਗੇ ਅਤੇ ਤੁਹਾਡੇ ਇਹਨਾਂ ਦੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਊਗੀ ਅਤੇ ਤੁਹਾਡੇ ਪੈਸੇ ਦਿਲਾਏ ਜਾਣਗੇ ਜੀ।